ਮੈਨੂੰ ਇਹਨੇ ਦੱਸਿਆ ਹੀ ਨੀ ਬਾਅਦ ਹੋਮ ਬਣਾਉਂਦਾ ਵਾਹ ਐਵੇਂ ਵੇਸਟ ਕਰੀ ਜਾਂਦਾ ਛੱਡ ਹਾਂਜੀ ਅੱਜ ਕੱਲ ਜੀ ਸਾਰਿਆਂ ਨੂੰ ਤੇ ਲਓ ਜੀ ਸਵਾਗਤ ਹੈ ਜੀ ਆਪਣੇ ਇੱਕ ਨਵੇਂ ਬਲੌਗ ਦੇ ਵਿੱਚ ਤੇ ਜਿੱਦਾਂ ਕੱਲ ਵਾਲੇ ਬਲੌਗ ਤੁਸੀਂ ਵੇਖਿਆ ਸੀਗਾ ਕਿ ਆਪਾਂ ਐਂਡ ਚ ਕੱਲ ਵਾਲੇ ਬਲੌਗ ਦੇ ਐਂਡ ਚ ਆਪਾਂ 3D ਪ੍ਰਿੰਟ ਕਰਨੀ ਲਾਈ ਸੀਗੀ ਆਪਣੇ ਅਰਜਨ ਦੀ ਹੁੱਡ ਠੀਕ ਹੈ ਪਰ ਉਹ ਹੁੱਡ ਹਜੇ ਤੱਕ ਕੰਪਲੀਟ ਨਹੀਂ ਹੋਈ ਨੈਕਸਟ ਡੇ ਹੋ ਗਿਆ ਯਾਨੀ ਕਿ ਉਦੋਂ ਪ੍ਰਿੰਟ ਹੋਣ ਚ 3.5 ਘੰਟੇ ਲੱਗਣੇ ਸੀ ਉਹਨੂੰ ਪਰ ਉਹ ਵੇਖ ਲਓ ਪਿੱਛੇ ਪ੍ਰਿੰਟਰ ਖੜਾ ਹੋਇਆ ਹਜੇ ਤੱਕ ਆਪਣੀ ਛਤਰੀ ਪ੍ਰਿੰਟ ਨਹੀਂ ਹੋਈ ਕਾਤੋਂ ਨਹੀਂ ਹੋਈ ਉਹਦਾ ਰੀਜ਼ਨ ਕੀ ਹੈ ਉਹ ਤੁਹਾਨੂੰ ਮੈਂ ਦੱਸਦਾ ਵਾਂ ਤੇ ਹੁਣੇ ਪ੍ਰਿੰਟ ਹੋਊਗੀ ਕਿ ਨਹੀਂ ਹੁੰਦੀ ਫਿਰ ਆਪਾਂ ਨੂੰ ਦੁਬਾਰੇ ਪ੍ਰਿੰਟ ਕਰਨੀ ਪਊਗੀ ਉਹ ਵੀ ਸਾਰੀ ਸਟੋਰੀ ਤੁਹਾਨੂੰ ਮੈਂ ਦੱਸਦਾ ਠੀਕ ਹੈ ਤੇ ਆਹ ਵੇਖ ਲਓ ਤੁਸੀਂ ਇੰਨੀ ਆਪਣੀ ਛਤਰੀ ਜਿਹੜੀ ਪ੍ਰਿੰਟ ਹੋ ਚੁੱਕੀ ਹੈ ਤੇ ਪ੍ਰਿੰਟਰ ਆਪਣਾ ਇੱਥੇ ਰੁਕਿਆ ਹੋਇਆ ਇੱਦਾਂ ਹੀ ਠੀਕ ਹੈ ਇਹ ਕੱਲ ਰਾਤ ਦਾ ਹੀ ਐਵੇਂ ਰੁਕਿਆ ਹੋਇਆ ਹੁਣ ਤੋਂ ਪਹਿਲਾਂ ਆਪਾਂ ਚਲਾ ਲਈਏ ਆਪਣਾ ਕੰਪਿਊਟਰ ਕਿਉਂਕਿ ਇਹਦੀ ਵੀ ਸਖ਼ਤ ਜ਼ਰੂਰਤ ਆ ਆਪਾਂ ਨੂੰ ਠੀਕ ਹੈ ਤੇ ਇਹਨੂੰ ਬੰਦ ਕਰਨ ਦਾ ਰੀਜ਼ਨ ਕੀ ਸੀਗਾ ਜਿਹੜੀ ਲਾਈਟ ਸੀ ਨਾ ਆਪਣੀ ਉਹ ਬਹੁਤ ਜ਼ਿਆਦਾ ਅਪ ਡਾਊਨ ਕਰਦੀ ਪਈ ਸੀ ਪਤਾ ਨਹੀਂ ਕੋਈ ਇਨਵੈਟਰ ਤੋਂ ਪਲੱਗ ਹਿੱਲਦਾ ਪਿਆ ਸੀਗਾ ਜਾਂ ਕੀ ਪ੍ਰੋਬਲਮ ਸੀਗੀ ਰਾਤ ਬਹੁਤ ਜ਼ਿਆਦਾ ਲਾਈਟ ਅਪਡਾਊਨ ਕਰਦੀ ਪਈ ਸੀ ਜਿਹੜਾ ਪ੍ਰਿੰਟਰ ਸੀਗਾ ਉਹ ਆਪਣੇ ਆਪ ਹੀ ਬੰਦ ਹੋਣ ਦਿਆ ਸੀਗਾ ਯਾਨੀ ਕਿ ਇਸ ਤੋਂ ਪਹਿਲਾਂ ਵੀ 2 ਵਾਰੀ ਪ੍ਰਿੰਟਰ ਬੰਦ ਹੋ ਚੁੱਕਿਆ ਸੀਗਾ ਮੈਂ ਦੁਬਾਰੇ ਚਲਾਇਆ ਉੱਥੋਂ ਹੀ ਪ੍ਰਿੰਟ ਕਰਨਾ ਉਹਨੇ ਦੁਬਾਰੇ ਸਟਾਰਟ ਕਰਤਾ ਫਿਰ ਇੱਕ ਵਾਰੀ ਬੰਦ ਹੋਇਆ ਤੀਜੀ ਵਾਰੀ ਜਦੋਂ ਬੰਦ ਹੋਇਆ ਨਾ ਫਿਰ ਮੈਂ ਇਹਨੂੰ ਚਲਾਇਆ ਹੀ ਨਹੀਂ ਮੈਂ ਕਿਹਾ ਵੀ ਇੱਕ ਵਾਰੀ ਲਾਈਟ ਸਟੇਬਲ ਹੋ ਜੇ ਵੀ ਆਪਾਂ ਸਵੇਰੇ ਫਿਰ ਕੰਟੀਨਿਊ ਕਰਾਂਗੇ ਤੇ ਇਸ ਕਰਕੇ ਪ੍ਰਿੰਟਰ ਆਪਣਾ ਰਾਤ ਦਾ ਇਦਾਂ ਹੀ ਰੁਕਿਆ ਹੋਇਆ ਤੇ ਹੁਣ ਆਪਾਂ ਕਰਦੇ ਹਾਂ ਸਟਾਰਟ ਹੁਣ ਮੈਨੂੰ ਇਹ ਨਹੀਂ ਪਤਾ ਕਿ ਇੱਥੋਂ ਹੀ ਕੰਟੀਨਿਊ ਕਰੂਗਾ ਕਿ ਨਹੀਂ ਕਰਦਾ ਕਿਉਂਕਿ ਪ੍ਰਿੰਟਰ ਨੂੰ ਬੰਦ ਹੋਏ ਨੂੰ ਲਗਭਗ ਜ਼ਿਆਦਾ ਨਹੀਂ ਤੇ 8-9 ਘੰਟੇ ਹੋ ਗਏ ਨੇ ਠੀਕ ਹੈ ਤੇ ਹੁਣ ਮੈਨੂੰ ਇਹ ਨਹੀਂ ਪਤਾ ਵੀ 8-9 ਘੰਟਿਆਂ ਬਾਅਦ ਵੀ ਪ੍ਰਿੰਟਰ ਉੱਥੋਂ ਹੀ ਕੰਟੀਨਿਊ ਕਰੂਗਾ ਜਾਂ ਸਾਰੀ ਛਤਰੀ ਦੁਬਾਰੇ ਪ੍ਰਿੰਟ ਕਰੂਗਾ ਆਪਾਂ ਦੇਖ ਲੈਂਦੇ ਹਾਂ ਹੁਣੇ ਪਤਾ ਲੱਗ ਜੂਗਾ ਆਪਸ਼ਨ ਤਾਂ ਇੱਥੇ ਆ ਗਿਆ ਹੈ ਇੱਥੋਂ ਹੀ ਕੰਟੀਨਿਊ ਕਰਨ ਦਾ ਠੀਕ ਹੈ ਤੇ ਆਪਾਂ ਇੱਥੋਂ ਇੱਕ ਵਾਰੀ ਕੰਟੀਨਿਊ ਕਰਤਾ ਬਾਕੀ ਚਲੋ ਦੇਖਦੇ ਹਾਂ ਕਿ ਵਾਪਸ ਇੱਥੋਂ ਹੀ ਪ੍ਰਿੰਟ ਕਰਦਾ ਜਾਂ ਮੁੱਢ ਤੋਂ ਨਵਾਂ ਪ੍ਰਿੰਟ ਕਰਨਾ ਸਟਾਰਟ ਕਰੂਗਾ ਆਹ ਵੇਖ ਲਓ ਗੋਪੀ ਦੇ ਕੰਮ ਨੇ ਆ ਸਮਾਨ ਲਿਆ ਕੇ ਸੁੱਟ ਦਿੰਦਾ ਪਤਾ ਹੈ ਨਹੀਂ ਕਿੱਥੇ ਰੱਖਣਾ ਵਾਪਸ ਉਹਨੂੰ ਕੋਈ ਟਿਕਾਣਾ ਨਹੀਂਗਾ ਆਹ ਬੈਟਰੀ ਦੇਖ ਲਓ ਤੇ ਇੱਧਰਲੇ ਪਾਸੇ ਦੀ ਹੁਣ ਗੱਲ ਕਰਦੇ ਹਾਂ ਆਪਾਂ ਆਹ 3 ਟਰੈਕਟਰ ਖੜ੍ਹੇ ਹੋਏ ਨੇ ਇਹਨਾਂ 'ਚੋਂ ਆਪਣਾ ਆਹ ਜੌਂਡੀਅਰ ਤਾਂ ਓਕੇ ਹੀ ਹੈ ਠੀਕ ਹੈ ਤਾਂ ਉੱਧਰ ਰੀਲ ਬਣਾਈ ਸੀ ਇਸ ਕਰਕੇ ਇੱਥੇ ਖਿਲਾਰਤਾ ਵਾਪਸ ਰੱਖਿਆ ਹੀ ਨਹੀਂ ਨਿਊਹ ਲੈਣ ਦਾ ਆਪਾਂ ਗਲਾਸ ਡੀਕਨ ਦਿਆ ਸੀਗੇ ਪਿਛਲਾ ਕਿ ਗਲਾਸ ਆਊਗਾ ਉਦੋਂ ਬਾਅਦ ਵੀਡੀਓ ਸ਼ੂਟ ਕਰਾਂਗੇ ਪਰ ਗਲਾਸ ਵੀ ਨਹੀਂ ਆਉਣਾ ਹੁਣ ਕਿਉਂਕਿ ਮੌਕੇ 'ਤੇ ਗੋਪੀ ਅਲਾਮਦ ਗਿਆ ਹੋਇਆ ਮੈਂ ਉਹਨੂੰ ਕਿਹਾ ਸੀ ਮੈਂ ਕਿਹਾ ਪਤਾ ਕਰੀ ਜੇ ਗਲਾਸ ਤਿਆਰ ਹੋ ਗਿਆ ਹੋਇਆ ਤਾਂ ਲੈ ਆਈ ਅਤੇ ਜਸਟ ਹੁਣ ਜੀ ਉਹਦਾ ਫੋਨ ਆਇਆ ਸੀਗਾ ਉਹ ਕਹਿੰਦਾ ਸੀਗਾ ਵੀ ਉਹਨਾਂ ਦੀ ਕੋਈ ਮਸ਼ੀਨ ਖਰਾਬ ਹੋ ਗਈ ਹੈ ਪ੍ਰਿੰਟ ਕਰਨ ਵਾਲੀ ਅਤੇ ਉਹ ਕਹਿੰਦੇ ਸੀਗੇ ਵੀ 2 ਦਿਨ ਲੱਗਣਗੇ ਅਤੇ ਮੈਂ ਕਿਹਾ ਚੱਲ ਇਹ ਤਾਂ ਕੋਈ ਖਾਸ ਵੱਡੀ ਗੱਲ ਨਹੀਂ ਗੀ ਕਿਉਂਕਿ ਆਪਾਂ ਅੱਜ ਤੱਕ ਜੋ ਵੀ ਸਮਾਨ ਬਣਾਇਆ ਐਗਜੈਕਟ ਉਨੇ ਟਾਈਮ ਦੇ ਵਿੱਚ ਆਪਾਂ ਨੂੰ ਕਦੇ ਨਹੀਂ ਮਿਲਿਆ ਠੀਕ ਹੈ ਜਿੱਥੇ 2 ਦਿਨ ਲੱਗਣੇ ਹੁੰਦੇ ਆ ਉੱਥੇ 4-6 ਦਿਨ ਲੱਗਦੇ ਨੇ ਅਤੇ ਇਹ ਕੋਈ ਵੱਡੀ ਖਾਸ ਗੱਲ ਨਹੀਂ ਗੀ ਮੈਂ ਕਿਹਾ ਚੱਲ ਆ ਜਾ ਕੋਈ ਚੱਕਰ ਨਹੀਂ ਗਾ ਵੀ ਆਪਾਂ 2 ਦਿਨਾਂ ਬਾਅਦ ਲੈਵਾਂਗੇ ਅਤੇ 3 ਨੰਬਰ 'ਤੇ ਆਪਣਾ ਅਰਜਨ ਅਤੇ ਇਹਦੇ 'ਤੇ ਅੱਜ ਆਪਾਂ ਕੰਮ ਕਰਨਾ ਇਹਦੀ ਵੀਡੀਓ ਸ਼ੂਟ ਕਰਦੇ ਹਾਂ ਇੱਕ ਤਾਂ ਬੈਕ ਸਾਈਡ 'ਤੇ ਇਹਦੀ ਹੁੱਕ ਵਾਲਾ ਜਗਾੜ ਲਾਉਂਦੇ ਹਾਂ ਸਾਰਾ ਪਲੱਸ ਇਹਦੇ ਮੜਗਾੜ ਲਾ ਦਿੰਦੇ ਹਾਂ ਅਤੇ ਨਾਲੇ ਛਤਰੀ ਪ੍ਰਿੰਟ ਹੋ ਜੂਗੀ ਫਿਰ ਇਹਦੀ UPI ਪ੍ਰਿੰਟ ਕਰਾਂਗੇ ਅਤੇ ਉਦੋਂ ਬਾਅਦ ਮਿਊਜ਼ਿਕ ਸਿਸਟਮ ਲਾ ਕੇ ਅਤੇ ਆਪਣਾ ਟਰੈਕਟਰ ਜਮ੍ਹਾਂ ਓਕੇ ਹੋ ਜੂਗਾ ਠੀਕ ਹੈ ਇਹਦੇ ਵਾਸਤੇ ਪੇਂਟ ਵੀ ਤਿਆਰ ਕਰਨਾ ਉਹ ਚਲੋ ਗੋਪੀ ਨੂੰ ਕਹਿ ਦਾਂਗਾ ਮੈਂ ਕਰ ਦੂੰਗਾ ਤਿਆਰ ਅਤੇ ਆਹ ਮੇਜ਼ 'ਤੇ ਖਲਾਰਾ ਪਾਇਆ ਹੋਇਆ ਰਾਤ ਮੈਂ ਰੀਲ ਸ਼ੂਟ ਕਰਨ ਦਿਆ ਸੀ ਕਿਉਂਕਿ ਟਰੈਕਟਰ ਦੀ ਆਫ ਰੋਡਿੰਗ ਜੀ ਕਰਾਈ ਸੀ ਮੈਂ ਕਿਹਾ 4x4 ਹੈ ਚੱਲ ਉੱਤੋਂ ਦੀ ਟਪਾਉਂਦੇ ਹਾਂ ਨਾਲੇ ਰੀਲ ਸ਼ੀਟ ਹੋ ਗਈ ਨਾਲੇ ਟੈਸਟਿੰਗ ਹੋ ਗਈ ਅਤੇ ਸਮਾਨ ਚੱਕਦਾ ਹਰਾ ਮੈਂ ਮੇਜ਼ ਕਰਦਾ ਸਾਫ਼ ਬਿਲਕੁਲ ਠੀਕ ਹੈ ਫਿਰ ਆਪਾਂ ਅਰਜਨ 'ਤੇ ਵੀ ਕੰਮ ਸਟਾਰਟ ਕਰਨਾ ਸ਼ੂਟਿੰਗ ਵਾਲਾ ਅਤੇ ਉਹਨੇ ਚਿਰ ਨੂੰ ਪ੍ਰਿੰਟਰ ਵੀ ਆਪਣਾ ਚੱਲ ਪਊਗਾ ਲੋਬੀ ਮੁੰਡਿਓ ਪ੍ਰਿੰਟਰ ਸਟਾਰਟ ਤਾਂ ਹੋ ਗਿਆ ਪਰ ਸਮਝ ਹੀ ਨਹੀਂ ਆਉਂਦੀ ਵੀ ਕਰਨ ਕੀ ਦਿਆ ਠੀਕ ਹੈ ਲੇਅਰ 'ਤੇ ਸਟਾਰਟ ਕਰਤੀ ਇੱਕ ਪਰ ਨਾ ਆਹ ਇੱਕ ਗੜਬੜ ਕਰਤੀ ਇਹਦੇ ਵਿੱਚ ਆਹ ਜਿਹੜਾ ਇਹਦਾ ਇੰਨਾ ਪੋਰਸ਼ਨ ਇਹਨਾਂ ਇਹ ਖਾਲੀ ਹੋਈ ਰਹਿ ਗਿਆ ਅਤੇ ਹੁਣ ਇਹ ਫਿੱਲ ਵੀ ਨਹੀਂ ਕਰਨਾ ਇਹਨੇ ਇਹ ਐਂ ਖਾਲੀ ਹੋਈ ਰਹਿਣਾ ਐਂਡ ਤੱਕ ਆਖੋ ਜਿਵੇਂ ਨਵੀਂ ਲੇਅਰ ਸਟਾਰਟ ਕਰਤੀ ਨਾ ਇਹਨੇ ਅਤੇ ਇਹਦੇ ਉੱਤੇ ਹੁਣ ਦੁਬਾਰੇ ਪ੍ਰਿੰਟ ਕਰਨਾ ਸਟਾਰਟ ਕਰ ਦੂਗਾ ਇਹ ਅਤੇ ਪਰ ਇਹਨੂੰ ਨਹੀਂ ਫਿੱਲ ਕਰਦਾ ਉਹਨੇ ਇਹਦੇ ਉੱਤੇ ਨੈਕਸਟ ਲੇਅਰ ਹੀ ਆਊਗੀ ਹੁਣ ਜਦੋਂ ਆਊਗੀ ਬਾਕੀ ਕੋਈ ਚੱਕਰ ਨਹੀਂ ਆ ਥੱਲੜੀ ਸਾਈਡੋਂ ਛਤਰੀ ਦਾ ਕੋਈ ਜ਼ਿਆਦਾ ਖਾਸ ਪਤਾ ਨਹੀਂ ਲੱਗਦਾ ਬਸ ਉੱਤੋਂ ਸਹੀ ਪ੍ਰਿੰਟ ਹੋ ਜੇ ਹੁਣ ਨਾ ਬੰਦ ਹੋਵੇ ਠੀਕ ਹੈ 24% ਪ੍ਰਿੰਟ ਹੋ ਚੁੱਕਿਆ ਅਤੇ ਬਾਕੀ ਦੀ ਪ੍ਰੋਸੈਸ ਅੱਗੇ ਕਰ ਹੀ ਦਊਗਾ ਪ੍ਰਿੰਟਰ ਅਤੇ ਇੱਧਰ ਸਫਾਈ ਚੱਲਣ ਦੀ ਆ ਮੇਜ਼ ਦੀ ਅਤੇ ਮੈਂ ਕਰਦਾ ਸਫਾਈ ਪਹਿਲਾਂ ਤਾਂ ਇਹਦੀ ਮਿੱਟੀ ਮੁੱਟੀ ਜਿਹੀ ਲਾਉਣਾ ਸਾਰੀ ਟਰੈਕਟਰ ਦੀ
क्योंकि इनके नाल आपां कोई रील ते अज शूट करनी नहीं ना ही कोई वीडियो शूट करनी, इस करके इनू साफ करके खिलारदे आपां। लो भी मुंडियो अर्जन ते चलन दिया जे कम ते मड़गाड़ लग गए इहदे ते प्लस बैक साइड ते जिहड़ी आपां हुक लाउणी है जिहदे नाल अटैच करनी है वह भी इनका जिहड़ा जगाड़ है वह भी मैं कसता इहदे नाल ते हुक लाउण वाली रह गई बस वह ते जदों मर्जी आपां इत्थे नट कस सकदे आ ठीक है इदां करके। तो उस दे नाल ही अपना प्रिंटर जिहड़ा उन्हें भी प्रिंट करती है छतरी, पर ना आ एक छतरी प्रिंट करन च बहुत ज़्यादा मत्था खपाई हुई है मेरी। हुण तुसीं टाइम वेख लो मौके ते 4 वजे ने ते जस्ट 15 मिनट पहला आई छतरी प्रिंट होके हटी है ते तुहानूं पता ही आपां कल जी कोड कीती सी 3.5 घंटे लगने सी इहनूं प्रिंट होण च ठीक है। इन्ना टाइम इहनूं कातों लगा ते प्रिंट होण तों बाद भी आपां इहनूं यूज़ नहीं कर सकते ठीक है, आपां नूं दुबारा एक नवीं छतरी प्रिंट करनी पऊगी वह भी तुहानूं मैं सारा दसदा डिटेल च ठीक है। सब नाल पहला तुसीं छतरी वेखो ठीक है, बैड तो उठी हुई है सारे पास वेखो फ्रंट तो भी ए बाकी होर छोड़ो तो छतरी की शेप वेख लो विंगी टेडी जी है ठीक है। तो फिनिशिंग भी बिल्कुल ढंग दी नहीं गई वेखो बिल्कुल बेकार प्रिंट हुई है छतरी। तो मैं चाहता दे भी इनू रोक सकता सीगा पर ना अद्धी प्रिंट हो गई सी, मैं चलो एक बार पूरी प्रिंट कर लेने कई बार काम आ ही जाती है क्योंकि वेखन च तो छतरी वर्गी लगती हुई है तो इन जिते एम सील भर के सारी इनकी सेंडिंग करके फिर वधिया बन जाऊगी, पर यह छतरी आप यूज़ नहीं कर सकते अपने अर्जन च, अर्जन वास्ते आप छतरी नवी प्रिंट करनी पेगी दोबारे ठीक है। वैसे छतरी का साइज बिल्कुल सही सीगा ट्रैक्टर के हिसाब नाल। इदा कातों होया उनका रीजन ये कि लाइट जिमें कल रात हिलन दी सी सेम अज भी उही दिक्कत आ रही थी, लाइट बहुत ज़्यादा अपडाउन अपडाउन जान दी सी ते उनकी प्रॉब्लम सी अपने इनवर्टर दे विच ही, इनवर्टर जिहड़ा सुच लगा होया सी ना वह स्पार्क करन दिया सी ते इनवर्टर खोल के सुच वेख्या सारा ठीक है उन्होंने रिपेयर करके उदो बाद फिर लाइट सारी सैट की हुण स्टेबल है लाइट उदो बाद फिर प्रिंटर जिहड़ा कंटिन्यू चलन दिया आपां छतरी दुबारे प्रिंट करनी पेगी हुण ते हुण मैं जी कोड करदा दुबारे तो नवी छतरी दुबारे प्रिंट करनी लाने भरजन की ठीक है। तो उस दे नाल या गोपी आला वा गया सीगा तो उन्दे तो मैं आ मंगाई सी पोलिश ठीक है, पोलिश भी है कुछ अपने अर्जन वास्ते भी है तो आ टायर वाली पोलिश है टायर के मारन वास्ते तो इनका भी यूज़ करांगे आप। लो भी मुंडियो नवी हुड प्रिंट करनी लाती आप, बाकी चलो अपना इनू यूज करके वेने अपने एक ट्रैक्टर से, बाकी अपना अर्जुन तो फुल शाइन मारन दिया है ये तो फुल चमकन दिया क्योंकि ये बार हजे चलिया नहीं गा आ ट्रैक्टर जिमें बहर चलिया थोड़ा जहा इतो वेखो जिमें ना फिंगर प्रिंट जे तो होर भी मैला मैला जहा है तो आप इन्हें ट्राई करते हैं इनू स्परे ठीक है, पोलिश स्परे कुछ भी कह लो तुम, मैं तेन पोलिश किया पता नहीं की लिया है तो पोलिश ही है पर यह है डैशबोर्ड की पोलिश है, बाकी चलो देखते हैं कुछ तो करूगी हुई ठीक है। इदा नहीं सीधा करनी आप कोई ना कोई जगाड़ लाने कि अं करके वेखिए हूँ मैं ये नहीं पता भी इन्हें जो फॉर्म निकलूगी या अच्छा ठीक है अच्छा चीज़ बहुत वधिया ओके 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 ठीक है चलो करके देखते हैं क्या बनता, बाकी चलो इन मैं हम कपड़े ना साफ सुफ जहा करता वा वेने शाइन मिलती है कि नहीं। आपां पालिश मार के जोंडियर करता बिल्कुल तैयार ते फर्क साफ वेखन मिलता ही पाया तुहानू इस तो पहला ट्रैक्टर किवें सी ते हुण किवें आ ठीक है। बाकी मिट्टी कट्टे का थोड़ा ध्यान रखना ही पऊगा जिवें बुरश बारश मार के साफ करता ते उदों बाद पालिश मारती ते आ टायरां नूं भी मार के पालिश जमा साफ करता काले जदों चलना उदों बाद ते लिबड़ ही जाने आ पर मैं क्या चल एक बार तो वेखन च सोहना लगे हुण खर्चा कीता मोटा। आ फोम है वैसे तो होंगी है असली टायर वास्ते जिमें जेडे अपने ट्रैक्टर ने या गड्डी टायर ने टायर फोम भी इन चिट्टी जी फोम निकलती है, बाकी चलो हुणे तुहानू मैं विखाऊंगा हुंदी ते टायर साफ कर लिया पर आपां इहदे नाल पूरे दा पूरा ट्रैक्टर भी साफ कर सकते हैं अपना आ जिहड़ा कोई दिक्कत नहीं गी। तो बाकी मेरा प्लैन है कि आ जिहड़ी फोम है ना इहदे नाल एक पूरा ट्रैक्टर साफ करते हैं आपां ते देखते हैं भी किन्ना कु फर्क पैंदा ठीक है। फोम नाल भी कल्ले टायर वास्ते ही है कि अपने पूरे दे पूरे ट्रैक्टर भी साफ कर सकती है। तो आखो अपना एस ट्रैक्टर है तो इन हालात वेख लो तुम मौके पर किदा देने ठीक है। मिट्टी कट्टा फुल जमया होया आप कोई कपड़ा नहीं मारना कोई कुछ नहीं करना सीधा इनू सारे फोम ना भर देंगे ठीक है, उदो बाद फिर साफ करांगे इनू कपड़े नाल ठीक है। फर्क तो है पालिश मारी तो ट्रैक्टर का रोह भी वखरा हो जाता, अर्जन ना छेड़ उन्हूं पालिश की नहीं लोड़ जे वो फुल चमकता नवा ही है ना अजे बाहर नहीं गया
ਹਾਲਾਂਕਿ ਇਹਨਾਂ ਟਾਇਰਾਂ 'ਚ ਨਹੀਂ ਚੰਗੀ ਤਰ੍ਹਾਂ ਕੀਤਾ ਮੈਂ, ਕਿਉਂਕਿ ਮੈਨੂੰ ਪਤਾ ਸੀ ਟਾਇਰ 'ਤੇ ਲਿਬੜੀ ਜਾਣੇ ਆ ਬਾਅਦ 'ਚੋਂ ਵੀ। ਅਤੇ ਚਲੋ ਇਹਦੇ 'ਤੇ ਕਰਦੇ ਹਾਂ ਐਕਸਪੈਰੀਮੈਂਟ, ਪੰਗਾ ਲੈ ਕੇ ਵੇਖਦੇ ਹਾਂ। ਲੈ ਆ ਚੱਕ ਕੇ ਬਾਹਰ ਲੈ ਇਹਨੂੰ, ਕੱਪੜਾ ਵੀ ਲੈ ਲੈ ਨਾਲ, ਇੱਕ ਕੱਪੜਾ ਉਹ ਲੈ, ਉਹ ਪੋਲਾ ਜਿਹਾ ਮੁਲਾਇਮ ਮੁਲਾਇਮ ਜਿਹਾ ਉਹ ਚੱਕ ਲੈ। ਚਲੋ ਮੁੰਡੇ ਉਹ ਬਾਹਰ ਚੱਲਦੇ ਆਪਣੇ ਸਰਵਿਸ ਸਟੇਸ਼ਨ 'ਤੇ। ਜਿੱਦਾਂ ਕਿ ਤੁਹਾਨੂੰ ਪਤਾ ਆਪਣਾ ਆਪਦਾ ਸਰਵਿਸ ਸਟੇਸ਼ਨ ਹੈਗਾ ਕਿੱਥੇ ਆ, ਹੋਰ ਆ, ਠੀਕ ਹੈ। ਅਤੇ ਸਰਵਿਸ ਸਟੇਸ਼ਨ 'ਤੇ ਧੋਨੇ ਆਪਾਂ ਇਸ ਟਰੈਕਟਰ, ਅੱਜ ਰੀਲ ਵੀ ਬਣਾਈਏ, ਰੀਲ ਬਣਾਈਏ ਕਿ ਵਲੌਗ ਬਣਾਈਏ, ਫਿਰ ਹੈ ਹੋਏ ਸਾਰਾ ਕੁਛ ਤਾਂ ਨਹੀਂ ਹੋ ਸਕਦਾ। ਆਪਾਂ ਇੱਦਾਂ ਕਰੀਏ, ਪਹਿਲਾਂ ਬਣਾਈਏ ਰੀਲ, ਠੀਕ ਹੈ, ਵਲੌਗ ਦੇ ਵਿੱਚ ਤਾਂ ਆਪਾਂ ਬਾਅਦ 'ਚੋਂ ਵੀ ਦੁਬਾਰਾ ਵੀ ਫੋਮ ਉੱਤੇ ਮਾਰ ਸਕਦੇ ਹਾਂ, ਪਹਿਲਾਂ ਰੀਲ ਬਣਾਉਂਦੇ ਹਾਂ ਇੱਕ। ਚਲੋ ਮੁੰਡਿਓ ਪਹਿਲਾਂ ਕਿ ਰੀਲ ਬਣਾਈਏ, ਉਹ ਤੋਂ ਬਾਅਦ ਫਿਰ ਵਲੌਗ ਕਰਾਂਗੇ ਕੰਟੀਨਿਊ। ਫੋਨ ਦੋ ਲਿਆਉਣੇ ਪੈਣੇ ਆਪਾਂ ਨੂੰ, ਤੇ ਲੈ ਗਏ ਫਿਰ ਆਈਫੋਨ 15 ਪ੍ਰੋ ਹੈਕਸ ਫੈਕਸ ਟੈਕਸ। ਲਓ ਵੀ ਮੁੰਡਿਓ ਰੀਲ ਸ਼ੂਟ ਕਰਤੀ, ਜੰਗੀ ਪੱਧਰ 'ਤੇ ਕੰਮ ਚੱਲਦਾ ਵੈਸੇ ਰੀਲ ਵਾਲਾ, ਅਤੇ ਪਰ ਸਾਡੇ ਕੋਲ ਬੰਦਾ ਥੋੜ੍ਹਾ ਜਿਹਾ ਉਵੇਂ ਦਾ ਹੀ, ਫੋਮ ਯੂਜ਼ ਕਰਨੀ ਨਹੀਂ ਆਈ ਢੰਗ ਤਰ੍ਹਾਂ, ਬਸ ਬਸ ਉੱਤੇ ਘੱਟ ਤੇ ਥੱਲੇ ਜ਼ਿਆਦਾ ਡੋਲ ਦਿੰਦਾ ਆਈਟਮ ਜਾਂਦੀ ਆ ਹੁਣ, ਅਸਲ 'ਚ ਐਵੇਂ ਮਾਰਨ ਵਾਲੀ ਹੈ ਨਾ, ਹੋਰ ਹੱਥ ਹੋ ਜਾਂਦਾ ਫਿਰ ਅਗਲੇ ਨੂੰ ਪਤਾ ਲੱਗ ਜਾਂਦਾ ਟਾਇਰਾਂ ਵਾਲੀ, ਬਾਅਦ 'ਚ ਫੋਮ ਬਣਾਉਂਦਾ ਏ, ਮੈਨੂੰ ਇਹਨੇ ਦੱਸਿਆ ਹੀ ਨਹੀਂ ਬਾਅਦ 'ਚ ਫੋਮ ਬਣਾਉਂਦਾ। ਵਾਹ ਐਵੇਂ ਵੇਸਟ ਕਰੀ ਜਾਂਦਾ, ਛੱਡ ਖਾਤਾ ਚਿੱਟਾ ਚਿੱਟਾ। ਵੈਸੇ ਇੱਕ ਟਰੈਕਟਰ ਚਿੱਟੇ ਰੰਗ ਦਾ ਬਣਾਉਣਾ ਲਓ ਏ, ਹੈਨਾ, ਇਹਨੂੰ ਦੇਖ ਕੇ ਆਈਡੀਆ ਆਇਆ ਇੱਕ ਨਾ ਚਿੱਟੇ ਰੰਗ ਦਾ ਟਰੈਕਟਰ ਬਣਾਇਆ ਜਾਵੇ। ਚਿੱਟਾ ਸਪਰੇਅ ਪੇਂਟ ਮਾਰਦਾ ਹੁਣ ਮੈਂ, ਤੂੰ ਜਲੂਸ ਕੱਢ ਆਪਦੇ ਵਾਲੇ ਦਾ। ਹਾਂ ਬਾਈ ਹੁਣ ਇਹਨੂੰ ਸਾਫ਼ ਕੌਣ ਕਰੂਗਾ, ਉਹ ਕਰਾਂਗਾ ਮੈਂ, ਚੱਲ ਹੁਣ ਫੋਮਿੰਗ ਫੋਮਿੰਗ ਕਰ ਛੱਡਣੀ, ਵੇਸਟ ਨਾ ਕਰਦੀ ਫੋਮਿੰਗ ਫੋਮਿੰਗ ਕਰ ਛੱਡਣੀ, ਨਹੀਂ ਇਹਨੂੰ ਹੁਣ ਫਿਰ ਕੌਣ ਕਰੂਗਾ ਸਾਫ਼, ਪੂਰਾ ਤੂੰ ਕਰੇਗਾ, ਕੌਣ ਕਰੇਗਾ, ਤੂੰ ਕਰੇਗਾ, ਤੂੰ ਕਰੇਗਾ। ਲਓ ਵੀ ਮੁੰਡਿਓ ਹੁਣ ਚੈੱਕ ਕਰੋ ਤੁਸੀਂ ਟਰੈਕਟਰ, ਕਿਉਂ ਮਾਰਦਾ ਪੈਣਾ ਲਿਸ਼ਕਾਂ, ਬਾਕੀ ਯਾਰ ਫਰਕ ਤਾਂ ਆਈ ਜਾਣਾ ਗੋਪੀ, ਇੱਕ ਪਾਣੀ ਮਾਰਨਾ ਹਨਾ, ਪਾਣੀ ਸੁੱਕਣ ਤੋਂ ਬਾਅਦ ਫਿਰ ਉਵੇਂ ਦਾਗ ਜੋ ਉੱਥੇ ਵੇਖਦੇ ਨੇ, ਇਹਦੀ ਸ਼ਾਈਨ ਚੈੱਕ ਕਰੋ ਤੁਸੀਂ, ਓਕੇ ਦੀ ਰਿਪੋਰਟ ਹੈ। ਚਲੋ ਇਹਨੂੰ ਰੱਖੀਏ ਅੰਦਰ, ਹੁੱਡ ਆਪਣੀ ਹੋ ਗਈ ਆ ਪ੍ਰਿੰਟ, ਜਾਵਾਂ ਫਰੈਸ਼ ਨਿਊ ਓਕੇ ਦੀ ਰਿਪੋਰਟ 'ਚ, ਠੀਕ ਹੈ, ਬਿਲਕੁਲ ਵੀ ਕਿਤੋਂ ਵੀ ਖਰਾਬ ਨਹੀਂ ਗੀ, ਸ਼ੇਪ ਵਗੈਰਾ ਸਭ ਓਕੇ ਆ। ਅਤੇ ਜਿਹੜਾ ਆਪਣਾ ਅਰਜਨ ਹੈ ਉਹਦੇ ਮਡਗਾਰਡ ਵੀ ਲੱਗ ਚੁੱਕੇ ਨੇ, ਅਤੇ ਇਹਦੀ ਯੂ ਪਾਈਪ ਵੀ ਡਿਜ਼ਾਇਨ ਕਰਦੇ ਹਾਂ ਆਪਾਂ, ਠੀਕ ਹੈ। ਲਓ ਵੀ ਮੁੰਡਿਓ ਆਪਣੇ ਅਰਜਨ ਦੀ ਯੂ ਪਾਈਪ ਵੀ ਆਪਾਂ ਕਰਤੀ ਸੀ ਡਿਜ਼ਾਇਨ, ਆਹ ਦੇਖ ਲਓ ਆ ਰਹੀ, ਅਤੇ ਇੱਦਾਂ ਉੱਤੇ ਛਤਰੀ ਲੱਗਣੀ ਹੈ, ਠੀਕ ਹੈ, ਹੁੱਡ ਜਿਹੜੀ ਆ ਹੁੱਡ 'ਤੇ ਪ੍ਰਿੰਟ ਹੋ ਹੀ ਗਈ ਆਪਣੀ ਆ ਰਹੀ, ਅਤੇ ਯੂ ਪਾਈਪ ਡਿਜ਼ਾਇਨ ਕਰਤੀ ਮੈਂ, ਅਤੇ ਇੱਥੇ ਮੈਂ ਨਾ ਪ੍ਰਿੰਟਰ ਦੇ ਉੱਤੇ ਆਪਣੀ ਅਰਜਨ ਦਾ ਸਾਈਡ ਵਾਲਾ ਵੇਟ ਪ੍ਰਿੰਟ ਕਰਨਾ ਲਾਤਾ ਸੀ, ਕਿਉਂਕਿ ਯੂ ਪਾਈਪ ਡਿਜ਼ਾਇਨ ਕਰਨ 'ਚ ਮੈਨੂੰ ਥੋੜ੍ਹਾ ਟਾਈਮ ਲੱਗਣਾ ਸੀਗਾ, ਅਤੇ ਮੈਂ ਸੋਚਿਆ ਚਲੋ ਉਨ੍ਹਾਂ ਚਿਰ ਇੱਕ ਵੇਟ ਜਿਹੜਾ ਉਹ ਪ੍ਰਿੰਟ ਹੋ ਜੂਗਾ, ਆ ਵੇਖ ਲਓ 1 ਘੰਟਾ 2 ਮਿੰਟ ਹੋ ਗਏ ਨੇ ਇਹਨੂੰ ਪ੍ਰਿੰਟ ਹੁੰਦੇ ਨੂੰ, ਠੀਕ ਹੈ, ਯਾਨੀ ਮੈਨੂੰ 1 ਘੰਟਾ ਲੱਗ ਹੀ ਗਿਆ ਆਪਣੀ ਯੂ ਪਾਈਪ ਡਿਜ਼ਾਇਨ ਕਰਨ 'ਚ, ਅਤੇ ਆਹ ਪ੍ਰਿੰਟ ਹੋ ਜਾਂਦਾ, ਇਸ ਤੋਂ ਬਾਅਦ ਫਿਰ ਮੈਂ ਯੂ ਪਾਈਪ ਪ੍ਰਿੰਟ ਕਰਨੀ ਲਾ ਦਾਂਗਾ, ਅਤੇ ਜਿਹੜਾ ਸੈਕਿੰਡ ਇਹਦਾ ਵੇਟ ਹੋਊਗਾ ਦੂਜਾ ਉਹ ਆਪਾਂ ਫਿਰ ਸਵੇਰੇ ਪ੍ਰਿੰਟ ਕਰ ਲਾਂਗੇ। ਲਓ ਵੀ ਆਪਣੇ ਅਰਜਨ ਦਾ ਇੱਕ ਸਾਈਡ ਦਾ ਵੇਟ ਹੋ ਗਿਆ ਸੀਗਾ ਪ੍ਰਿੰਟ, ਵੇਖੋ ਇੱਦਾਂ ਦਾ ਲੱਗੂਗਾ ਲੁੱਕ 'ਚ, ਠੀਕ ਹੈ, ਇਹਨੂੰ ਆਪਾਂ ਰੈੱਡ ਕਲਰ ਕਰ ਦਾਂਗੇ, ਅਤੇ ਇਹਦੇ ਵਿੱਚ ਵਜਨ ਵਾਸਤੇ ਕੀ ਚੀਜ਼ ਪਾਈ ਹੈ ਤੁਹਾਨੂੰ ਸਵੇਰ ਵਾਲੇ ਵਲੌਗ 'ਚ ਵੇਖਣ ਨੂੰ ਮਿਲੂਗਾ, ਕਿਉਂਕਿ ਆਪਾਂ ਨੂੰ ਐਲਾਂ ਮਾਤੋਂ ਲਿਆਉਣੀ ਪਊਗੀ ਜਾ ਕੇ, ਠੀਕ ਹੈ। ਅਤੇ ਇੱਧਰ ਯੂ ਪਾਈਪ ਜਿਹੜੀ ਆ ਪ੍ਰਿੰਟ ਕਰਨੀ ਲਾਤੀ ਹੈ, ਆਹ ਵੇਖ ਲਓ 5% ਜਿਹੜੀ ਆ ਪ੍ਰਿੰਟ ਹੋ ਚੁੱਕੀ ਹੈ ਹੁਣ 6। ਅਤੇ ਲਓ ਵੀ ਮੁੰਡਿਓ ਅੱਜ ਦਾ ਵਲੌਗ ਆਪਣਾ ਇੱਥੋਂ ਤੱਕ ਸੀਗਾ, ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਸਾਰੇ ਵੀਰਾਂ ਦਾ, ਅਤੇ ਜਿਹੜੇ ਵੀਰ ਚੈਨਲ ਦੇ ਨਵੇਂ ਨੇ ਸਬਸਕ੍ਰਾਈਬ ਕਰ ਲਿਓ, ਮਿਲਦੇ ਆਪਾਂ ਸਵੇਰੇ ਨਵੇਂ ਵਲੌਗ 'ਚ, ਅਤੇ ਬਾਕੀ ਚਲੋ ਦੇਖਦੇ ਹਾਂ ਸਵੇਰੇ ਆਪਾਂ ਵੀਡੀਓ ਸ਼ੂਟ ਕਰਾਂਗੇ, ਸ਼ਾਇਦ ਮੇ ਬੀ ਆਪਣੇ V8 ਨਾਲ ਕਰੀਏ ਜਾਂ ਕਿਸੇ ਹੋਰ ਟਰੈਕਟਰ ਨਾਲ ਕਰੀਏ, ਪਰ ਵੀਡੀਓ ਸ਼ੂਟ ਜ਼ਰੂਰ ਕਰਾਂਗੇ, ਠੀਕ ਹੈ ਜੀ। ਅਤੇ ਉਸਦੇ ਨਾਲ ਹੀ ਆਪਾਂ ਇੱਕ ਏਮ ਰੱਖਦੇ ਹਾਂ ਲਾਈਕ ਕਰਨ ਦਾ, ਠੀਕ ਹੈ, ਅਤੇ ਇਸ ਵਲੌਗ ਤੋਂ ਸਟਾਰਟ ਕਰਦੇ ਹਾਂ ਆਪਾਂ, ਅਤੇ 1000 ਲਾਈਕ ਕਰਨੇ ਆਪਾਂ, ਜੇ ਆਹ ਵਲੌਗ 'ਚ ਹੋ ਗਏ ਤਾਂ ਠੀਕ ਹੈ, ਨਹੀਂ ਤਾਂ ਅਗਲੇ ਵਲੌਗ 'ਚ, ਉਦੋਂ ਅਗਲੇ ਵਲੌਗ 'ਚ ਵੀ ਦੇਖਦੇ ਆਪਾਂ ਕਿੰਨਵੇਂ ਵਲੌਗ 'ਤੇ ਜਾ ਕੇ ਆਪਣੇ 1000 ਲਾਈਕ ਹੁੰਦੇ ਨੇ, ਠੀਕ ਹੈ ਜੀ। ਅਤੇ ਜਿੰਨਾ ਚਿਰ ਇਹ ਜਿੱਦਾਂ ਹੋ ਨਹੀਂ ਨਾ ਜਾਂਦੇ, ਜਿਵੇਂ ਅੱਜ ਨਹੀਂ ਹੋਏ, ਕੱਲ੍ਹ ਨਹੀਂ ਹੋਏ, ਪਰਸੋਂ ਨਹੀਂ ਹੋਏ, ਵੀ ਜਦੋਂ ਵੀ ਇਹ ਲਾਈਕ ਕੰਪਲੀਟ ਹੋ ਗਿਆ ਏਮ, ਉਦੋਂ ਬਾਅਦ ਨੈਕਸਟ ਏਮ ਰੱਖਾਂਗੇ ਆਪਾਂ, ਨਹੀਂ ਤਾਂ ਡੇਲੀ ਹਰ ਵਲੌਗ 'ਚ ਆਪਾਂ ਆਹੀ ਏਮ ਰੱਖਾਂਗੇ ਵੀ ਜਿੰਨਾ ਚਿਰ ਕੰਪਲੀਟ ਨਹੀਂ ਹੋ ਜਾਂਦਾ, ਠੀਕ ਹੈ। 1000 ਲਾਈਕ ਵਲੌਗ ਦੇ ਥੱਲੇ, ਲਾਈਕ ਦੇ ਅੱਗੇ 1K ਲਿਖਿਆ ਹੋਣਾ ਚਾਹੀਦਾ, ਠੀਕ ਹੈ ਜੀ। ਓਕੇ ਬਾਏ, ਟਾਟਾ।